ਹਾਂਜੀ ਪਿਆਰੇ ਵਿਦਿਆਰਥੀਓ ਅੱਜ ਕਈਆਂ ਨੂੰ ਦਿੱਕਤ ਆ ਰਹੀ ਸੀ ਸਟੂਡੈਂਟਸ ਨੂੰ ਵੀ ਇਹ ਓਪਨ ਕਿੱਦਾਂ ਕਰਨਾ ਓਪਨ ਕਿਉਂ ਨਹੀਂ ਹੋ ਰਿਹਾ ਸੋ ਮੈਂ ਤੁਹਾਨੂੰ ਸਾਰਾ ਪ੍ਰੋਸੈਸ ਇਸ ਵੀਡੀਓ ਰਾਹੀਂ ਦੱਸ ਦਿੰਦਾ ਸੋ ਸਭ ਤੋਂ ਪਹਿਲਾਂ ਤੁਹਾਡੇ ਕੋਲ ਸਲਾਈਡ ਪਹੁੰਚ ਗਈ ਹੋਏਗੀ ਸਭ ਤੋਂ ਪਹਿਲਾਂ ਜੇ ਤੁਹਾਡੇ ਕੋਲ ਲਿੰਕ ਓਪਨ ਨਹੀਂ ਹੋ ਰਿਹਾ ਤੇ ਇਹ ਕਨਫਰਮ ਟੀਚਰਸ ਵੀ ਕਨਫਰਮ ਕਰ ਲੈਣ ਕਿ ਪਹਿਲਾਂ ਉਹਨਾਂ ਨੇ ਆਪਣੇ ਮੋਬਾਈਲ ਤੇ ਲਿੰਕ ਓਪਨ ਕਰਨਾ ਉਸ ਤੋਂ ਬਾਅਦ ਬੱਚਿਆਂ ਨੂੰ ਸੈਂਡ ਕਰਨਾ ਠੀਕ ਹੈ ਜੇ ਇਦਾਂ ਹੀ ਤੁਸੀਂ ਸੈਂਡ ਕਰ ਦੋਗੇ ਤੇ ਬੱਚਿਆਂ ਕੋਲ ਲਿੰਕ ਓਪਨ ਨਹੀਂ ਹੋਏਗਾ ਸੋ ਸਭ ਤੋਂ ਪਹਿਲਾਂ ਤਾਂ ਟੀਚਰ ਇਸ ਵੀਡੀਓ ਇਸ ਪੀਡੀਐਫ ਫਾਈਲ ਨੂੰ ਆਪਣੇ ਕੋਲ ਡਾਊਨਲੋਡ ਕਰਨਗੇ ਡਾਊਨਲੋਡ ਕਰਨ ਤੋਂ ਬਾਅਦ ਬੱਚਿਆਂ ਨੂੰ ਸੈਂਡ ਕਰਨੀ ਠੀਕ ਉਸ ਤੋਂ ਬਾਅਦ ਜਦੋਂ ਸੈਂਡ ਕੀਤੀ ਬੱਚੇ ਵੀ ਇਹਨੂੰ ਡਾਊਨਲੋਡ ਕਰਨਗੇ ਤੇ ਉਸ ਤੋਂ ਬਾਅਦ ਇੱਥੇ ਕਲਿੱਕ ਕਰਨਗੇ ਤੇ ਇਹ ਪੀਡੀਐਫ ਫਾਈਲ 올 ਕਲਾਸਿਸ ਵਾਲੀ ਜਿਹੜੀ ਹੈ ਖੁੱਲ ਜਾਏਗੀ ਸੋ ਇੱਥੇ ਕਿਸੇ ਵੀ ਕਲਾਸ ਤੇ ਤੁਸੀਂ ਕਲਿੱਕ ਕਰ ਸਕਦੇ ਹੋ ਮੰਨ ਲਓ ਮੈਂ 7ਥ ਕਲਾਸ ਤੇ ਕਲਿੱਕ ਕੀਤਾ ਓਕੇ ਉਹ ਕਲਿੱਕ ਕਰਨ ਤੋਂ ਬਾਅਦ ਇਹ ਸਾਡਾ ਸ਼ੁਰੂ ਹੋ ਗਿਆ ਆਪਣਾ ਡਿਸਟ੍ਰਿਕਟ ਸਿਲੈਕਟ ਕਰੋ ਮੈਂ ਸਿਲੈਕਟ ਕਰ ਰਿਹਾ ਚਲੰਦਰ ਉਸ ਤੋਂ ਬਾਅਦ ਨੈਕਸਟ ਕਰ ਦੋ ਤੇ ਅ ਬਲੋਕ ਸਿਲੈਕਟ ਕਰਨਾ ਆਪਣੇ ਟੀਚਰ ਕੋਲ ਪੁੱਛ ਲਓ ਜੇ ਤੁਹਾਨੂੰ ਨਹੀਂ ਪਤਾ ਇੱਥੇ ਮੈਂ ਸਿਲੈਕਟ ਕੀਤਾ ਗੁਰਾਇਆ 2 ਨੈਕਸਟ ਉਸ ਤੋਂ ਬਾਅਦ ਨੇਮ ਆਪਣਾ ਨੇਮ ਤੁਸੀਂ ਭਰਨਾ ਠੀਕ ਹੈ ਮੈਂ ਇੱਥੇ ਕੋਈ ਵੀ ਇੱਕ ਫਰਜ਼ੀ ਨਾਮ ਭਰ ਦਿੰਨਾ ਜਤਿੰਦਰ ਜੱਸੀ ਤੇ ਆਪਣੇ ਸਕੂਲ ਦਾ ਟਾਈਪ ਭਰਨਾ ਤੁਸੀਂ ਠੀਕ ਹੈ ਇੱਕ ਦੋ ਵਾਰ ਕਲਿੱਕ ਕਰਨ ਤੇ ਆਏਗਾ ਸੋ ਮਿਡਲ ਸਕੂਲ ਹੈ ਹਾਈ ਸਕੂਲ ਹੈ ਸੀਨੀਅਰ ਸੈਕੰਡਰੀ ਸਕੂਲ ਹੈ ਐਡ ਹੈ ਪ੍ਰਾਈਵੇਟ ਹੈ ਠੀਕ ਹੈ ਸੋ ਮੈਂ ਸੀਨੀਅਰ ਸੈਕੰਡਰੀ ਸਕੂਲ ਪੜ੍ਹਦਾ ਹਾਂ ਤੇ ਹੁਣ ਤੁਸੀਂ ਆਪਣੇ ਸਕੂਲ ਦਾ ਨਾਮ ਇੱਥੇ ਪੜਨਾ ਹੈ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਓਕੇ ਕਿਸੇ ਵੀ ਪਿੰਡ ਦਾ ਨਾਮ ਪੜ੍ਹ ਸੁਦੇਓ ਔਰ ਮੈਂ ਕਿਸੇ ਵੀ ਪਿੰਡ ਦਾ ਨਾਮ ਪੜ ਰਿਹਾ ਤੁਸੀਂ ਆਪਣੇ ਪਿੰਡ ਦਾ ਨਾਮ ਪੜਨਾ ਹੈ ਓਕੇ ਆਪਣੇ ਜੀਡੀਬੀ 30 ਜਗਾ ਹੈ ਹਾਂਜੀ ਨੈਕਸਟ ਇਸ ਤੋਂ ਬਾਅਦ ਉਹ ਜਿਹੜਾ ਹੈ ਖੁੱਲ ਜਾਏਗਾ ਠੀਕ ਹੈ ਇਹ ਸੈਵਨਥ ਕਲਾਸ ਦਾ ਹੈ ਇੱਥੇ ਤੁਸੀਂ ਸਾਰੇ ਪਹਿਲਾਂ ਇਹ ਪੈਰਾ ਚੰਗੀ ਤਰ੍ਹਾਂ ਪੜ ਲੈਣਾ ਠੀਕ ਹੈ ਛੋਟਾ ਜਿਹਾ ਪੈਰਾ ਹੈ ਤੇ ਐਸੇ ਪੈਰੇ ਦੇ ਵਿੱਚੋਂ ਜਿੱਦਾਂ ਤੁਹਾਡੇ ਪੇਪਰ ਚ ਆਉਂਦਾ ਓਕੇ ਕੋਈ ਅਲੱਗ ਨਹੀਂ ਹੈ ਪਰ ਇੱਥੇ ਥੋੜਾ ਜਿਹਾ ਤੁਹਾਨੂੰ ਦਿਮਾਗ ਲਗਾ ਕੇ ਕਰਨਾ ਪੈਣਾ ਹੋ ਸਕਦਾ ਕੁਝ ਜਿਹੜੇ ਕੁਐਸਚਨ ਹੈ ਉਹ ਸਮਝ ਕੇ ਕਰਨ ਵਾਲੇ ਹੋਣ ਠੀਕ ਹੈ ਸਿੱਧੇ ਸਿੱਧੇ ਜਵਾਬ ਹੋ ਸਕਦਾ ਪਰੇਚ ਨਾ ਦਿੱਤੇ ਹੁਣ ਤੇ ਚੰਗੀ ਤਰ੍ਹਾਂ ਨੂੰ ਤੁਸੀਂ ਕਾਫੀ ਵਾਰ ਪੜ੍ਹ ਕੇ ਤੇ ਅੱਛਾ ਅੱਛਾ ਅਟੈਂਪਟ ਕਰਨਾ ਕਿਸੇ ਨੇ ਗਲਤ ਅਟੈਂਪਟ ਨਹੀਂ ਕਰਨਾ ਠੀਕ ਹੈ ਤੈਨੂੰ ਬਹੁਤ ਸੀਰੀਅਸਲੀ ਲੈਣਾ ਇਹਦੇ ਉੱਤੇ ਸਾਡੇ ਪਾਸ ਫੇਲ ਦੇ ਨੰਬਰਸ ਵੀ ਹੈਗੇ ਆ ਇਹਦੇ ਵਿੱਚ ਹੀ ਓਕੇ ਸੋ ਤੁਸੀਂ ਵੀ ਦੇਖਿਆ ਹੋਊਗਾ ਕਿ ਸਾਰੇ ਟੀਚਰਸ ਤੇ ਸਰਕਾਰ ਬਹੁਤ ਜ਼ਿਆਦਾ ਐਕਟਿਵ ਹੋਈ ਹੋਈ ਹੈ ਇਹ ਟੈਸਟ ਲੈਣ ਲਈ ਸੋ ਸਾਰੇ ਬੱਚਿਆਂ ਨੇ ਇਹਨੂੰ ਬਹੁਤ ਸੀਰੀਅਸਲੀ ਅਟੈਂਪਟ ਕਰਨਾ ਠੀਕ ਹੈ ਸੋ ਐਸੀ ਤਰ੍ਹਾਂ ਤੁਸੀਂ ਨੈਕਸਟ ਨੈਕਸਟ ਕਰਦੇ ਜਾਣਾ ਅ ਅਟੈਂਪਟ ਕਰਦੇ ਹੋਏ ਠੀਕ ਹੈ ਤੇ ਉਸ ਤੋਂ ਬਾਅਦ ਅਖੀਰ ਤੈਨੂੰ ਸਬਮਿਟ ਕਰ ਦੇਣਾ ਸਬਮਿਟ ਕਰਨ ਤੋਂ ਬਾਅਦ ਜੋ ਵੀ ਤੁਹਾਡਾ ਅਖੀਰਲਾ ਪੇਜ ਆਏਗਾ ਉਹਦਾ ਸਕਰੀਨਸ਼ਾਟ ਖਿੱਚ ਕੇ ਆਪਣੇ ਆਪਣੇ ਟੀਚਰਸ ਨੂੰ ਸ਼ੇਅਰ ਕਰ ਦੇਣਾ ਓਕੇ ਜੀ